ਆ ਨਵਾਂ ਪਾਕਿਸਤਾਨ ਪੁਰਾਣਾ ਪਾਕਿਸਤਾਨ ਇਹ ਕਿਹੜਾ ਪਾਕਿਸਤਾਨ ਸਹੀ ਹੈ ਹਾਂ ਜੀ ਕਿਹੜਾ ਸਹੀ ਹੈ ਨਵਾਂ ਪੁਰਾਣਾ ਪੁਰਾਣਾ ਸਹੀ ਹੈ ਜੀ ਪੁਰਾਣਾ ਸਹੀ ਹੈ ਜਿਹੜਾ ਆਈ ਗਿਆ ਤੁੰਗਾਈ ਬਹੁ ਹੈ ਜੀ ਅੱਛਾ ਅੱਛਾ ਚਲੋ ਚਲੋ ਅੱਲਾਹ ਕਰਾ ਤਾਂ ਮਦਾ ਤੁਸਾਨੀ ਤਾਂ ਵਾਣੀ ਕੋ ਬਰਕਤ ਪਾਵਦਾ ਸਸ ਪਾਈ ਨਜ਼ਰ ਆਈ ਰੀ ਇਹ ਦੋਮ ਹੈ ਹੁਣ ਦੋਮ ਜਿਹੜੀ ਉਹ ਪਕਾਈ ਵਿੱਚ ਕੋਈ ਅger ਰਹਿ ਜਾਣੀ ਤਾਂ ਇਨਾ ਆਪਣੀ ਇਮਾਨਦਾਰੀ ਨਾਲ ਇੱਕ ਲਾਦਾ ਬਿਲਕੁਲ ਅਲੱਦਾ ਕਰੀ ਹੋੜੀ ਇਸਨੇ ਨਾਲ ਜਿਹੜਾ ਅਗਲਾ ਇਨਾ ਸੈਕਸ਼ਨ ਬਣਾਇਆ ਇਹ ਖੰਗੜੀ ਜਿਸੀ ਆਖਣੇ ਇਸੀ ਇੱਕ ਨੰਬਰ ਇਟਾ ਖਣਨ ਪਕਾਏ ਵਿੱਚ ਸਾਈਜ਼ ਵਿੱਚ ਲੰਬਾਈ ਚੁੜਾਈ ਜਿਹੜਾ ਨਾ ਇਹ 1.5 ਹਜ਼ਾਰ ਰੁਪਿਆ ਸਹੀ ਹੈ ਠੀਕ ਹੈ ਤੇ ਖਿੰਗਰ ਜਿਹੜਾ ਉਸ 9000 ਦੇਣੇ ਤਾਂ ਉੱਪਰ ਦੋ ਮੈਂ ਨਾ ਦੋ ਮਸਾ ਦੇਣੇ ਆ ਸਾਡੇ ਜਨਾਬ ਇਹ ਕਿਤਨੀ ਇਟ ਮਸਾ ਫੀ ਰਕਸ਼ਾ ਜਾਂ ਇਹਨਾਂ ਪਰ ਦੋ ਤਰਾਏ ਤਰਾ ਰਕਸ਼ੇ ਨੇ ਇਹ ਤਕਰੀਬਨ ਚਾਰ ਰਕਸ਼ੇ ਨਹੀਂ ਨਾ ਕੁੱਲ ਤੇ ਕਿਤਨੀ ਦਿਹਾੜੀ ਜੇ ਲੋਡ ਕਰੀ ਉਹਨੇ ਇਸ ਜਗ੍ਹਾ ਪਰ ਇਹ ਤਕਰੀਬਨ ਦਿਹਾੜੀ ਨਹੀਂ 40 ਤੋਂ 45 ਹਜ਼ਾਰ ਇਟ ਜਿਹੜੀਆਂ ਨਾ ਸਹੀ ਹੈ ਇਤਨੀ ਤਕਰੀਬਨ ਇਹ ਜਿਹੜਾ ਆਵਾਜ਼ ਤੁਹਾਨੂੰ ਲੱਗੇ ਨਹੀਂ ਸੀ ਇਹਦਾ ਟੈਲੀ ਹਰਬੋਨੀ ਗੱਲ ਸਭ ਇਹ ਐਚ ਜਿਹੜਾ ਇਹ ਤੁਸਾਂ ਲਿਖਿਆ ਵਾ ਪ੍ਰਿੰਟ ਕੀਤਾ ਆ ਵਿੱਚ ਇਸ ਦਾ ਕੀ ਮਤਲਬ ਹੈ ਇਹ ਅਰਫਾਨ ਪੁੱਤਰ ਹੈ ਉਸ ਦਾ ਨਾਮ ਆਦਮ ਹੈ ਠੀਕ ਹੈ ਠੀਕ ਹੈ ਸਾਰੇ ਬਜ਼ੁਰਗਾਂ ਨਾਮ ਬismillah रहमान रहीम ਅਸਲਾਮੁਅਲੈਕਮ ਡੀਅਰ ਈਵਰਜ਼ ਮੈਂ ਤੁਸਾਂ ਦਾ ਹੋਸਟ ਅਬਦੁਲ ਰਹੀਦ ਤੁਸਾਂ ਦਾ ਆਪਣਾ YouTube ਚੈਨਲ AWM ਕਸ਼ਮੀਰ ਟੀਵੀ ਅੱਜ ਮੈਂ ਮੌਜੂਦਾਂ جنابਿ ਵਾਲੀ ਇੱਕ ਜਾਣੀ ਪਛਾਣੀ ਜਗ੍ਹਾ ਜਿੱਥੇ ਮੇਲਾ ਲੱਗਣਾ ਹੋਣਾ ਪੀਰੁਲ ਹਕ ਖਾਦਮਾ ਬਾਦ ਮੋੜ ਤੋਂ ਰਸਤਾ ਜਿਹੜਾ ਅਸ਼ਨਾ ਆ ਇਸ ਮੇਲੇ ਦੇ ਪਾਸਾ ਉਸ ਜਗ੍ਹਾ ਪਰ ਮੈਂ ਮੌਜੂਦ ਹਾਂ ਤੇ ਮਾੜੇ ਨਾਲ ਜਨਾਬ ਮੌਜੂਦ ਖਾਨ ਸ਼ਰਾਦ ਸਾਹਿਬ ਇੱਕ ਮਸ਼ਹੂਰ ਸ਼ਖਸੀਅਤ ਨੇ ਸਦਰ ਸਾਹਿਬ ਤੇ ਸ਼ਰਾਦ ਸਾਹਿਬ ਦੇ ਭਾਈ ਨੇ इना कि तकरीबन इस इलाके हर कोई जाना आ जिस जगह में मौजूद हाँ ये प्यूल हक है, है माड़े बैक पर नज़र उसी है कि इतने इटा पट्ठा पिछले चंद माह तो पहले इतना इना इस काम आगाज किता के कि नवा पट्ठा इतना लाया इना और जिसनी जड़ी इट है इस पट्ठे बड़ी मशहूर और काबिल तारीफ है ਤਾਂ ਇਸ سلسلے ਚ ਅੱਜ ਇੱਥੇ ਆਇਆ ਮੈਂ ਹੈ ਕਿ ਇਹ ਵੀਡੀਓ ਬਣਾਈ ਤਾਂ ਆਪਣੇ ਦੋਸਤਾਂ ਕੀ ਦਸਾਂ ਇਸ ਇਲਾਕੇ ਚ ਇਸ ਨੇ ਪਹਿਚਾਨ ਕਰਾਂ ਕਿ ਇਤਨੀ ਜਿਹੜਾ ਸਾਈਜ਼ ਦੇ لحاظ ਨਾਲ ਇਟ ਉਹ ਬਹੁਤ ਹੀ ਬਿਹਤਰੀਨ ਹੈ ਮਾਰੇ ਨਾਲ ਮੌਜੂਦ ਹੈ ਜਨਾਬ ਸ਼ਰਾਦ ਸਾਹਿਬ ਇਹਨਾਂ ਨਾਲ ਕਰਨੇ ਗੱਲ ਇਸ ਪੱਠੇ ਨੂੰ ਬਾਰੇ ਕਿਤਨਾ ਸਮੇਂ ਪਹਿਲੇ ਲਾਇਆ ਇਹ ਆਪ ਵੀ ਜ਼ੁਬਾਨੀ ਦੱਸੋ ਜਨਾਬ ਸ਼ਰਾਦ ਸਾਹਿਬ ਅਸਲਾਮੁਅਲੈਕਮ ਵਾਲੇਕੁਮ ਸਲਾਮ ਜਨਾਬ ਸਭ ਤੋਂ ਪਹਿਲੇ ਦੱਸੋ ਕਿ ਤੁਸੀਂ ਇਹ ਪੱਠੇ ਦਾ ਜਿਹੜਾ ਆਗਾਜ਼ ਕੀਤਾ ਇਹ ਤਕਰੀਬਨ ਕਿਤਨਾ ਟਾਈਮ ਪਹਿਲੇ ਹੋਇਆ ਆਗਾਜ਼ ਇਸਨਾਬ आगाज असा पिछले साल दो हजार इक्की ने चौथे महीने से किया ठीक है ता इसकी बनाने हो असें कम से कम कोई छे महीने लगी गए से छे महीने लगी गए जी ता फिर असा इसकी अग लाई है पिछला सीजन चलाई है अच्छा एक गेट तुसा चलाया भाई सीजन से क्या खड़े एक गेट जरा बस पांच दस लाख कितने करना उसने पांच लाख तकरीबन कोई साढ़ी कोई बाईस लाख हिट लिखती सी सवा त्रै चक्कर चलाया सी पठा अच्छा सवा त्रै चक्कर एक चक्कर भी कितनी हिट पैनी है ਤੇ ਤਕਰੀਬਨ ਇਸੇ ਵਿੱਚ ਨਹੀਂ ਆਇਆ 7 ਲੱਖ 7 ਲੱਖ ਅੱਛਾ ਤਾਂ ਇਹ ਇਹ ਦੱਸੋ ਕਿ ਇਸ ਲਈ ਤੁਸਾਂ ਕੋਲ ਇਸ ਪੱਠੇ ਪਰ ਟੋਟਲ ਜਿਹੜੀ ਲੇਬਰ ਅਸੀਂ ਜ਼ਿਆਦਾ ਪਤਾ ਹੋਸੀ ਟੋਟਲ ਲੇਬਰ ਕਿਤਨੀ ਕੰਮ ਕਰਨੀ ਵੀ ਇਹ ਸਾਡੇ ਕਮ ਉਸ ਕਮ ਤਕਰੀਬਨ ਕੋਈ 80 85 ਬੰਦੇ ਕੰਮ ਕਰਨੇ ਜਿਹੜੇ ਕਮੈਲੇ ਖਾਲੀ ਅੱਛਾ ਪਲੱਸ ਜਿਹੜੇ ਇਹਨਾਂ ਦੇ ਬੱਚੇ ਤਾਂ ਉਹ ਬਾਈ ਤਾਂ ਫਿਰ ਤਕਰੀਬਨ 130 40 ਬਣੀ ਜਾਣੇ 130 ਚਾਲੀ ਤੇ ਬਾਕੀ ਤੁਸੀਂ ਦੱਸੋ ਕਿ ਇਹ ਪੱਠਾ ਤੁਸਾਂ ਦਾ ਜ਼ਾਤੀ ਹੈ ਜਾਂ ਕਿ ਕੋਈ ਤੁਸਾਂ ਨਾਲ ਕੋਈ ਹੋਰ ਹੀ ਬੰਦੇ ਨੇ ਕੋਈ ਸਾਨੂੰ ਸ਼ੇਅਰ ਹੈ ਇਹ ਸਾਡੇ ਭਾਈ ਹੋਰ ਹਨ ਰਾਜਾ ਅਰਫਾਨ ਖਾਨ ਠੀਕ ਹੈ ਉਹਨਾਂ ਦਾ ਸਾਡੇ ਇਹ ਖੈਰੀ ਜਿਹੜੇ ਹਨ ਖੈਰੀ ਵਾਲਾ ਖੈਰੀ ਵਾਲਾ ਨੇ ਹਨ ਰਾਜਾ ਔਰ ਖੈਰੀ ਰਾਜਗਾਨ ਰਾਜਗਾਨ ਖੈਰੀ ਬਹੁਤ ਮਸ਼ਹੂਰ ਬੰਦੇ ਹਨ ਸਹੀ 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 ਅੱਛਾ ਇਹ ਤੁਸੀਂ ਨੇ ਉਹ ਇੱਥੇ ਨਾਲ 파ਟਨਰ ਹੋ ਸਨ ਜੀ ਜੀ ਉਹ 파ਟਨਰ ਹੈ ਮਾਸ਼ਾਅੱਲਾ ਇਸ ਪੱਠੇ ਨੇ ਜਿਹੜੀ ਇੱਟ ਹੈ ਇਹ ਤੁਸਾਂ ਦੀ ਬੜੀ ਮਸ਼ਹੂਰ ਹੈ ਤੁਸੀਂ ਇਸ ਬਾਰੇ ਕੀ ਆਖਣਾ ਚਾਹਣ ਹੋ ਅਸਾਂ ਨੇ ਕੋਸ਼ਿਸ਼ ਹੀ ਕੀਤੀ ਸੀ ਕਿ ਇਲਾਕੇ ਚ ਚੰਗੀ ਜੀ ਇਟਾਂਾਂ ਠੀਕ ਹੈ ਲੋਕਾਂ ਕੀ ਚੰਗੀ ਚੀਜ਼ ਦਿਆਂ ਸਹੀ ਹੈ ਤਾਂ ਅਸਾਂ ਕੋਸ਼ਿਸ਼ ਬੜੀ ਕੀਤੀ ਆ ਬਰਾ ਅਲੱਗ ਕੀਤਾ ਕਿ ਕਾਮਯਾਬ ਹੋਏ ਆ ਇਹ ਮਾਸ਼ਾਅੱਲਾ ਬਹੁਤ ਸੋਹਣੀ ਆ ਸਾੜੀ ਇਹ ਜਿਹੜਾ ਫਰਮਾ ਆ ਇਹ ਫਰਮਾ ਮਿਸਾਲ ਆ ਇਹ ਬਾਾਕੀ ਜਿਹੜੇ ਪੱਟੇ ਨੇ ਅਸਾਂ ਕੋਈ ਸਕੇ ਨਾ ਕੋਈ ਬਲੇਮ ਕਰਨੀ ਹੈ ਉਹ ਅਸਾਂ ਜਿਹੜਾ ਸਹਾਇਦ ਉਹਨਾਂ ਦਾ ਫਰਕ ਹੋਣਾ ਇਸਨੇ ਕਾ ਵਜਾ ਹੋਣਾ ਕੋਈ ਸਹਾਇਦ ਉਹ ਫਰਮੇ ਲਾਦਾ ਲਾਦਾ ਹੋਣਾ ਹੈ ਕਾ ਭਾਈ ਜੀ ਜੀ ਉਹ ਇਸਨੇ ਚ ਇਟਾਂ ਚ ਫਰਕ ਅਛਣਾ ਨਾ ਜਿਹੜਾ ਫਰਮਾ ਆ ਨਾ ਫਰਮੇ ਵਿੱਚ ਤੁਸੀਂ ਆ ਫਰਮਾ ਨਿੱਕਾ ਵੀ ਬਨਵਾਈ ਸਕਣੇ ਹੋ ਬੜਾ ਵੀ ਬਨਵਾਈ ਸਕਣੇ ਹੋ ਮੋਟਾਈ ਵਿੱਚ ਚੌੜਾਈ ਵਿੱਚ ਲੰਬਾਈ ਵਿੱਚ ਸਹੀ ਹੈ ਤਾਂ ਬਾਅਦ ਇਹ ਹੋਣੇ ਕਿ ਇੱਕ ਸੈਜ ਰੱਖਣੇ ਬਾਅਦ ਪੱਠਿਆਂ ਉੱਪਰ ਦੋ ਸੈਜ ਹੋਣੇ ਸਹੀ اول ਕਰੀਤੇ 베ਚਨੇ ਤੇ ਇੱਕ ਜਿਹੜੀ ਹੈ ਨਾ ਉਹ ਸਪੈਸ਼ਲ ਕਰੀਤੇ 베ਚਨੇ ਸਹੀ ਹੈ ਜੀ ਤੇ ਹੁਣ ਤੁਸੀਂ ਨਾਲ ਨਾਲ ਜਨਾਬਾ ਸਾਨੂੰ ਤੋਂ ਤਾਰਾਫ ਕਿ ਇਸ ਜਗ੍ਹਾ ਪਰ ਜਿਹੜਾ ਇਹ ਹੁਣ ਕੰਮ ਹੋਣਾ ਬੈਠਾ ਰਖਸ਼ ਲੱਗੇ ਇਹ ਹੁਣ ਸਮਝਾਓ ਅਸਾਂ ਕਿ ਥੋੜਾ ਇਹ ਜਨਾਬ ਕੱਚੀ ਟੈਣੀ ਭਰਾਈ ਹੋਣੀ ਪਈ ਹੈ ਠੀਕ ਹੈ ਸਹੀ ਬੰਦੇ ਲਗੇ ਹੋਏ ਤੇ ਹੁਣ ਕਚੀ ਜਿਹੜੀਆਂ ਨਾ ਇਹ ਭਾਈ ਕਰਲੇ ਪਏ ਸਹੀ ਹੈ ਇਹ ਭਾਈ ਮਤਲਬ ਕਿ ਅੱਗੇ ਅੱਗੇ ਭਾਈ ਹੋਣੀ ਰਹੀ ਸੀ ਤੇ ਪਿੱਛੇ ਇਸ ਨੇ ਜਿਹੜਾ ਹੈ ਬਈ ਜਲਾਈ ਦਾ ਸਿਸਟਮ ਜਿਹੜਾ ਉਹ جاری ਹੈ ਬਈ ਬਿਲਕੁਲ ਅੱਗੇ ਇੱਕ ਪਕੜੀ ਵੀ ਨਾ ਹਾਂ ਨਾ ਨਾ ਲਿੱਕ ਨਹੀਂ ਪੀ ਹੈ ਸਹੀ ਹੈ ਤੇ ਰੱਖ ਰਕਸ਼ਾ ਨਾ ਜਿਹੜਾ ਸਿਸਟਮ ਹੈ ਇਹ ਕਿ ਆਪਾਂਲੇ ਕੋਈ ਖੋਤੀਆਂ-ਖੋਤੀਆਂ ਜਿਹੜਾ ਹੋਣਾ ਸੀ ਇਹ ਇਨਾਂ ਨੇ ਆਪਣੇ ਜਾਂ ਤੁਸੀਂ ਨੇ ਕਿਸ ਤਰ੍ਹਾਂ ਬਈ ਇਹ ਇਨਾਂ ਮੁਰਿਆਂ ਨੇ ਆਪਣੇ ਨੇ ਪਰ ਉਹ ਜਨਾ ਸਾਡਾ ਮਿੱਠਾ ਹੈ ਮਿੱਠਿਆਜ਼ ਉਹ ਜਿਹੜਾ ਸਾਹਮਣੇ ਖਲਤਾ ਜੀ ਸਲਾਮ ਅਲੈਕੁਮ ਜਨਾਬ ਠੀਕ ਹੋ ਜੀ ਖੈਰ ਕਿਰਿਆਤ ਹੈ اچھا ਨਾ ਪਾਰ ਸੁਹਾਵੇ ਸੁਆਇਆ ਵਾ ਅੱਛਾ ਤੇ ਇਹ ਦਿਹਾੜੀ ਵਿੱਚ ਜਨਾਬ ਇਹ ਕਿਤਨੀ ਇਟ ਮਸਫੀ ਰਖਸ਼ਾ ਜਾਂ ਇਹਨਾਂ ਪਰ ਦੋ ਤਰਾਏ ਤਰਾ ਰਖਸ਼ੇ ਨੇ ਇਹ ਤਕਰੀਬਨ 4 ਰਖਸ਼ੇ ਨੇ ਨਕਲ ਤੇ ਕਿਤਨੀ ਦਿਹਾੜੀ ਜੇ ਲੋਡ ਕਰੀ ਉਹਨੇ ਇਸ ਜਗ੍ਹਾ ਪਰ ਇਹ ਤਕਰੀਬਨ ਦਿਹਾੜੀ ਨੇ 40 ਤੋਂ 45 ਹਜ਼ਾਰ ਇਟ ਜਿਹੜੀ ਆ ਨਾ ਸਹੀ ਹੈ ਇਤਨੀ ਤਕਰੀਬਨ ਹੈ ਜਿਹੜਾ ਨਾ ਪੱਠੇ ਕੀਚ ਨੇ ਸਾਫ ਵੀ ਲਾਈ ਛੋਣ ਨੇ ਸਹੀ ਹੈ ਇਹ ਨਾਜ਼ਰੀ ਨੇ ਜਿਹੜੀ ਹੈ ਭਰਾਈ ਨਾਲ ਸਿਲਸਿਲਾ ਜਿਸ ਤਰ੍ਹਾਂ ਇਹ ਕੱਚੀ ਇਟ ਪਹਿਲੇ ਤਿਆਰ ਹੋਣੀ ਹੈ ਤੇ ਮੋੜੀ ਜਗ੍ਹਾ ਪਰ ਇਸ ਕੀ ਲੋਡ ਕਰਨੇ ਨੇ ਫਿਕਸ ਕਰਨੇ ਜਾਣੇ ਤਾਂ ਉੱਪਰ ਇਹ ਪਿੱਛਾ ਤੋਂ ਕੀ ਨਜ਼ਰ ਇਸ਼ਨਾ ਉਸੇ ਉੱਪਰ ਕੇਰੀ ਬਾਈ ਤਾਂ ਮੋੜੀ ਇਸ ਕੀ ਪੱਕਾ ਕਰੀ ਉਹਨੇ ਪੱਕਾ ਕਰੀ ਤਾਂ ਫਿਰ ਜਦ ਦੂਈ ਸਾਈਡ ਮੈਂ ਤੁਹਾਨੂੰ ਦੱਸਣਾ ਜਰੀ ਦਾ ਉਧਰ ਜਿਹੜਾ ਜਲਾਈ ਦਾ ਸਿਸਟਮ ਹੈ ਉਹ ਜਾਰੀ ਰਹਿੰਦਾ ਬੰਦੇ ਕਿਹਾਂ ਬੈਠੇ ਤੇ ਕਮਰਾ ਕਿਹਸਣਾ ਇਹ ਖਾਟਾ ਪਰ ਜਿਹੜਾ ਸੋ ਬਣਾਇਆ ਹੋਇਆ ਸਿਸਟਮ ਹੈ ਇਹ ਜਲੇ ਜਲੇ ਟਾਈਮ ਲਾਈ ਰਹਿਣੇ ਨਾਲ ਜਲੇ ਇੱਟਾ ਕੀ ਉਧਰ ਕੋਲਾ ਬਾਈ ਰਹਿਣੇ ਨਾਲ ਠੀਕ ਹੈ ਫਿਰ ਅੱਛੀ ਛਾਮਾ ਇਥਾ ਬੇਣੇ मतलब यह है कि ले ने ते इन आहो जरा दसो अस कि सिसटम किसर त्रामी ज रखी होने पर बहावना जरा जनाब को अग् ना सिसटम आग दसो अस तकना चाहें दसने की अग् का इन्जाम है पट्ठे बिना लाई जानी है तो धुआं निकले मा तकने मौके दसने के इक् सिस्टम है अभी तक हूं थे अग् नजर ऐसी है ये थले तक ਇਹ ਸਭ ਥੱਲੇ ਅੱਗ ਲੱਗੀ ਹੈ ਇਸ ਨੇ ਚ ਕੋਲਾ ਇਹ ਇੱਥੋਂ ਸਾਹਮਣੇ ਆਉਣਾ ਸਾਹਮਣੇ ਇਹ ਇੱਥੇ ਸਹੀ ਇੱਥੇ ਸਾਹਮਣੇ ਇਹ ਤੱਕ ਇਹ ਥੱਲੇ ਸਾਹਮਣੇ ਹੋ ਬਿਲਕੁਲ ਬਿਲਕੁਲ ਆ ਨਜ਼ਰ ਆ ਰਹੀ ਹੈ ਨਾ ਕੈਮਰੇ ਨਜ਼ਰ ਆ ਰਹੀ ਹੈ ਇਹ ਥੱਲੇ ਤੱਕ ਜਨਾਬ ਇਹ ਗਹਿਰਾਈ ਜਿਹੜੀ ਇਸਨੀ ਆ 8-9 ਫੁੱਟ ਜਿੰਨੀ 10 ਫੁੱਟ ਇਹ ਸਭ ਥੱਲੇ ਤੱਕ ਅੱਗ ਹੈ ਇਹ ਹੁਣੇ ਪਰੇ ਤਰਾਵੀਆਂ ਦੀਆਂ ਚੇਂਜ ਕਰਨੇ ਰਹਿਣੇ ਤਾਂ ਅੱਗਾ ਟੁਰਨੇ ਰਹੀ ਨਾ ਕੋਈ ਆਪਣੀ ਟਾਈਮਿੰਗ ਹੋਣੀ ਹੈ ਆਪਣੀ ਲਿਮਟ ਹੈ ਇਸ ਨੇ ਚ ਕੋਲਾ ਬਣਨਲ ਔਰ ਤੇ ਉਹ ਜਿਹੜੀ ਪਿੱਛੇ ਜਿਹੜੀਆਂ ਢੇਰੀਆਂ ਦੀਆਂ ਬੜੀਆਂ ਬੁਤੀਆਂ ਦੀਆਂ ਇਹ ਪੱਕੀ ਕੀ ਹੈ ਕਿਆਂ ਗਿਆ ਹੌਲ ਸੰਗ ਦੱਸਨੇ ਆ ਸਾ ਦੂਏ ਬਸ ਹੋਇਆ ਕੈਮਰਾ ਰੌਂਡ ਫੇਰੀ ਤੇ ਦੱਸਣਾ ਕਿ ਇਹ ਪਿੱਛੇ ਜਿਹੜੀ ਪੱਕੀ ਵੀ ਹੈ ਨਾ ਉਸ ਪਾਸੋਂ ਨਕਾਸੀ ਕਰਨ ਦੇ ਤੇ ਇਟ ਬਾਹਰ ਕਰਨ ਦੇ ਸਾਹਮਣੇ ਜਿਹੜਾ ਤੁਹਾਨੂੰ ਕਿ ਨਜ਼ਰ ਆਈ ਰਿਹਾ ਇਹ ਨਾ ਨਾ ਦਫਤਰ ਆਇਤਾ ਹੈ ਪਟਿਆਲੇ ਦਾ ਇਹ ਅਪਰ ਇਸਨੇ ਮਜ਼ੀਦ ਇਹ ਤਬਦੀਲੀ ਹੋਣੀ ਵੀ ਇਸ ਕੀ ਜਨਾਬ ਵਾਲੀ ਡਬਲ ਇਸ ਤਰ੍ਹਾਂ ਕੀਤਾ ਗਿਆ ਇਹ ਹੋਰ ਤੁਸੀਂ ਤੱਕਨੇ ਪਿਓ ਕਿ ਇੱਥੇ ਹੁਣ ਬਿਲਕੁਲ ਇਤਿਆਰ ਪਈ ਵੀ ਤੇ ਇਹ ਇਹਨਾਂ ਦਾ ਇੱਕ ਤਰੀਕਾ ਆ ਜਿਹੜਾ ਕਿ ਦੂਹੇ ਵਾਰ ਅਸੀਂ ਦੱਸਿਆ ਸੀ ਕਿ ਉਹ ਰੱਖਿਆ ਨਜ਼ਰੀਏ ਉਹ ਆਪਰ ਬਾਹਰ ਕੱਢਣੇ ਵੀ ਇਦਾਂ ਹੀ ਸ਼ਾਇਦ ਲਾਣੇ ਹੋਸਣ ਲੇਕਿਨ ਇਹ ਤੁਸਾਂ ਹੁਣ ਤੱਕੀ ਸਕਣਿਓ ਕਿ ਇਹ ਜਿਹਨੇ ਲੋਡ ਕਰਨੇ ਤੇ ਆਪਣੇ ਰੇੜੇ ਜੇ ਇਥੋਂ ਇਹ ਬਾਹਰ ਕੱਢਣੇ ਬਾਹਰ ਗਿਣਤੀ ਕਰੀਦਾ ਜਹਾਨ ਸਹਾ ਪਰ 2000 ਸਹਾ ਪਰ ਉਹ ਜਮਾ ਕਰਨੇ ਜਾਣੇ ਤੁਹ ਫਟਾਲੀਆਂ ਚ ਲੋਡ ਹੋਣੀ ਜਾਣੀਆਂ ਤੇ ਇਹ ਨਿਜ਼ਾਮ ਹੈ ਇਸ ਪੱਠੇ ਨਾਲ ਕਿ ਉਹਨੇ ਜਿਹਾ ਇਸ ਪਾਸੂ ਪਟਨੇ ਪਟਨੇ ਅੱਗੇ ਲਗੇ ਜਸਨ ਬਿਲਕੁਲ ਤੇ ਬਾਕੀ ਜਨਾਬ ਅਗਰ ਜਿਹੜੀ ਕੱਚੀ ਸ਼ੁਰੂਣੀ ਹੋ ਜਾਣੀ ਆ ਪਰਸੋਂ ਸੇ ਦਸੀ ਆਇਆ ਉਹਨਾਂ ਅੱਗ ਲਾਈ ਹੋਈ ਹੈ ਤੇ ਸ਼ਿਰਾ ਸਾਹਿਬ ਤੁਸੀਂ ਹੋਰ ਇਸ ਬਾਰੇ ਕੋਈ ਮਹਲੂਮਤ ਹਸਣ ਕਿ ਦੇਣਾ ਚਾਹਣ ਇਹ ਜਿਹੜੀਆਂ ਬਾਰੀਆਂ ਜੀ ਇਹਨਾਂ ਦਾ ਕੀ ਮਤਲਬ ਆ ਇਹ ਖੁੱਡਾ ਹੈ ਨਾ ਹਾਂ ਜਿਹला ਅੱਗ ਲੱਗੀ ਹੋਈ ਹਣੀ ਨਾ ਸਹੀ ਹੈ ਫਿਰ ਉਹ ਮਿਸਤਰੀ ਜਿਹੜਾ ਨਹੀਂ ਇੱਥੋਂ ਚਾਬੀ ਜਾਣਾ ਇਸਕੀ ਬੰਦ ਕਰੀ ਛੋਣਾ ਜਿਸਕੀ ਖੋਲਣਾ ਚਾਣਾ ਜਿੱਥੋਂ ਅੱਗ ਇਸਤੇਮਾਲ ਕਰਨਾ ਸਹੀ ਹੈ ਆਹ ਇਹ ਸਾਡੇ ਮੇਠਣ మేడియా సిన్సా మేడియా సిన్సా అస్సలాము అలైకుమ్ జనబ్ సయ్చా ਠੀਕ ਆ జనబ్ ਸਰਬਰਾ ਆਇਆ ਨਿਕਾਸੀ అలనే ਸਰਬਰਾ ਜਨਾਬ ਇਹ ਇਤਨੀ ਜਿਹੜੀ ਨਿਕਾਸੀ ਯਾਨੀ ਕਿ ਪੱਠੇ ਚ ਜਿਹੜੀ ਕੱਢੀ ਜਾਣੀ ਇਸ ਕੀ ਆ ਨਿਕਾਸੀ ਜੀ ਪਿਆਰ ਇਟ ਜੀ ਮੈਂ ਇੱਕ ਸਰਬਰਾ ਆਇਆ ਯਾ ਇਹ ਆ ਇੱਕ ਤਰੀਕਾ ਆ ਜਨਾਬ ਕੁਲੀਆ ਕਿ ਇਤਾਂ ਜਦੋਂ ਇਹ ਰਚੀਆਂ ਜਾਣੀਆਂ ਦਾ ਇਸਰਾ ਵਿੱਚ ਖਲਾਅ ਰੱਖੀ ਜਾਣੀਆਂ ਜਿਹੜੀ ਗੈਪ ਨਜ਼ਰ ਆਛਨੇ ਨਾ ਇਹਨਾਂ ਵਿੱਚੋਂ ਫਿਰ ਅੱਗ ਜਿਹੜੀ ਆ ਸਰਕਟ ਕਰਨੀ ਆ ਤਾਂ ਇਟ ਅੱਗ ਨਜ਼ਰੀਏ ਜਿਹੜਾ ਇਹ ਪਕਣੀ ਆ ਇਹ ਪੱਠਾ ਜਨਾਬ ਮੌਜੂਦ ਹੈ ਤਹਿਸੀਲ ਡੜਿਆਲ ਦੇ ਅੰਦਰ ਖੈਰੀ ਤੂੰ ਨਿਕਲੋ ਤੁਸੀਂ ਜਨਾਬ ਡੈਮ ਵਾਲੀ ਸਾਈਡ ਪਰ ਤੇ ਪੀਰੁਲ ਹੱਕ ਜਗ੍ਹਾ ਦਾ ਨਾਂ ਆ ਇਸ ਜਗ੍ਹਾ ਪਰ ਪੱਠਾ ਆ ਤੇ ਪੱਠਾ ਜਨਾਬ ਇਹ ਇੱਕ ਮਸ਼ਹੂਰ ਖਾਨ ਸਾਹਿਬ ਹੈ ਐਦਰ ਖਾਨ ਸਾਹਿਬ ਉਹਨਾਂ ਨੇ ਸਾਫਜ਼ਾਦੇ ਜਨਾਬ ਅਲੀ ਸ਼ਹਿਰਾਜ਼ ਖਾਨ ਸਦਰ ਖਾਨ ਤੇ ਇਹਨਾਂ ਨਾਲ ਜਿਹੜੇ ਪਾਰਟਨਰ ਰਾਜਾ ਖਾਨ ਆਫ ਖੈਰੀ ਖੈਰੀ ਰਾਜਗਾਨ ਇਨਾ ਰਲਿ ਦੇ ਪਠਾਲ ਆ ਤੇ ਔਰ ਮਾਸ਼ਾਅੱਲਾ ਬਹੁਤ ਹੀ ਅੱਛਾ ਸਿਸਟਮ ਇਨਾ ਨੇ ਪਿਲਾਇਆ ਹੈ ਕਿ ਚੱਲਾ ਪਿਆ ਹੋਇਆ ਹੋਰ ਅਸਨਾ ਜਿੰਨ ਸੰਗ ਦਸਨੇ ਹਥੋਂ ਇਟਾ ਤਾਦੀਆਂ ਹਥੋਂ ਕਢੀ ਨਾ ਇਨਾ ਦਾ ਸਾਇਸ ਚੱਕ ਰੋ ਆਵਾਜ਼ ਤਾਂ ਲਗੇਸ਼ ਨਹੀਂ ਹੋਸੀ ਇਹਦਾ ਟੱਲੀ ਔਰ ਬੋਲੀਆਂ ਗਰਮੀਆਂ ਗਰਮੀਆਂ ਸ਼ਰਾਦ ਸਾਹਿਬ ਨੇ ਹੱਥ ਦੇ ਰਾ ਫੀਟ ਅਪ ਹੋਈਆਂ ਲੇਕਿਨ ਸੰਤਕੋ ਇਤਨਾ ਸਾਇਸ ਦਾ ਕੋਸਾ ਕਿਤਨਾ ਖੂਬਸੂਰਤ ਇੱਕ ਸਾਇਸ ਔਰ ਕੰਮ ਕਰਨੇ ਚੀ कारीगर घर भी मजाता मालिक भी जिन्हें काम कराने वह भी मुतमिन बहुत आला बहुत आला साइज एक साइज मोटाई लंबाई चौड़ाई च बिल्कुल एक साइज माशाल्लाह अपने शरारत साहब इस गलो मनसा मैं अप्रीशिएट करता सनाब जरा काम किता ना कि साइज जरा कटिया ये बहुत बड़ी गल है क्योंकि हर बंद तो नहीं चीज़ समझी सकना लेकिन इस चीज़ की बहुत ज़्यादा जरूरत सी है चलो जी, ਤਾਂ ਤੁਸੀਂ ਤਾਂ ਕਿ ਸਕਣਿਓ ਕਿ ਇਥੇ ਇੱਕ ਖੋਤਿਆ ਨਾ ਜਿਹੜਾ ਕੰਮ ਹੈ ਇਹ ਵੀ ਹੈ ਆ ਇਹ ਇਹ ਕਿ ਨਹੀਂ ਕਿਹਾ ਇਹ ਖਤਮ ਹੋ ਗਿਆ ਨਾ ਇਹ ਵੀ ਨਾਲ ਚੱਲਾ ਆ ਤਾਂ ਨਾਲ ਹੀ ਨਾ ਰਕਸ਼ੇ ਵੀ ਚਲਾਈ ਜਾਂਦੇ ਨੇ ਜਦੀਦ ਦੌਰ ਨੇ ਮੁਤਾਬਕ ਹੁਣ ਨਾਜ਼ਰੀਨ ਸੋ ਤਾਂ ਕਿ ਸਕਣਿਓ ਕਿ ਤੁਸੀਂ ਨਾ ਸਕਰੀਨ ਪਰ ਜਿਹੜੀ ਇਹ ਸਾਹਮਣੇ ਨਜ਼ਰ ਆਈ ਰਹੀ ਇਹ ਦੋਮ ਹੈ ਹੁਣ ਦੋਮ ਜਿਹੜੀ ਉਹ ਪਕਾਈ ਵਿੱਚ ਕੋਈ ਅਗਰ ਰਹਿ ਜਾਣੀ ਤਾਂ ਇਨਾ ਆਪਣੀ ਇਮਾਨਦਾਰੀ ਨਾਲ ਇੱਕ ਲਾਦਾ ਬਿਲਕੁਲ ਅਲੱਦਾ ਕਰੀਓੜੀ ਇਸ ਨੇ ਨਾਲ ਜਿਹੜਾ ਅਗਲਾ ਇਨਾ ਸੈਕਸ਼ਨ ਬਣਾਇਆ ਇਹ ਖੰਗਰ ਜਿਸ ਕੀ ਆਖੜਨ ਯਾਨੀ ਕਿ ਇਹਨਾਂ ਚੀਜ਼ਾਂ ਨੇ ਫਿਰ ਅਗਾ ਮੈਂ ਇਹਨਾਂ ਕੋਲ ਪੁੱਛਣਾ ਸ਼ਰਾਫ ਸਾਹਿਬ ਕੋਲੋਂ ਕਿ ਮਤਲਬ ਕੋਈ ਰੇਟਾਂ ਚ ਫਿਰ ਕੋ ਫਰਕ ਹੋਣਾ ਇਹ ਜਿਹੜੀ ਸਾਈਡ ਪਰ ਪਈ ਹੈ ਜਨਾਬ ਬਿਟ ਇਸ ਬਸ ਇਹ ਅਵਲ ਹੈ ਇਸੀ ਇੱਕ ਨੰਬਰ ਇਟਾ ਖਣਨ ਪਕਾਏ ਵਿੱਚ ਸਾਈਜ਼ ਵਿੱਚ ਲੰਬਾਈ ਵਿੱਚ ਚੜਾਈ ਵਿੱਚ ਮੋਟਾਈ ਵਿੱਚ ਹਰ لحاظ ਨਾਲ ਜਿਸ ਤਰ੍ਹਾਂ ਅਸਾਂ ਤੱਕ ਸੋ 100 ਕੀ ਇੱਕ ਨਜ਼ਰ ਐਸੀ ਹੈ ਇਹ ਹੁਣ ਵਜ੍ਹਾ ਕੀ ਹੋਣੀ ਹੈ ਕਿ ਮਾਲਕ ਜਿਹੜਾ ਆਪਣੇ ਪੱਠੇ ਦੇ ਮਾਲਕ ਹੋਣੇ ਇਹ ਉਹਨਾਂ ਉੱਪਰ ਡਿਪੈਂਡ ਹੋਣਾ ਕਿ ਅਗਰ ਉਹ ਫਰਮਾ ਇੱਕ ਰੱਖਣ ਲੇਬਰ ਕੀ ਉਹ ਅਗਰ ਇੱਕ ਫਰਮਾ ਦੇਣ ਤਾਕੀਦ ਕਰਦਾ ਇਟ ਨਿਕਲੀ ਸਕਣੀ ਆ ਇੱਕ ਸਾਈਜ਼ ਵਿੱਚ ਵਰਨਾ ਨਹੀਂ ਨਿਕਲੀ ਸਕਣੀ ਆਪਣੇ ਸ਼ਿਰਾ ਸਾਹਿਬ ਇਹ ਮਉ ਪੁੱਛਣਾ ਚਾਹਣੇ ਆਂਗੇ ਜਿਹੜੀ ਪਰਮਿਟ ਦਸੀ ਆ ਤੁਸਾਂ ਦੇ ਬੈਗ ਪਰ ਲੱਗੀ ਹੋਈ ਦੋ ਤਖੰਗਰੇ ਕੋ ਰੇਟ ਲਾਦਾ ਲਾਦਾ ਹੋਣੇ ਆ ਕਿ ਅਵਲ ਨਾ ਰੇਟ ਹੋਣਾ ਹੈ ਕੀ ਨਹੀਂ ਅਵਲ ਨਾ ਰੇਟ ਜਿਹੜਾ ਨਾ ਇਹ 1.5 ਲੱਖ ਰੁਪਿਆ ਸਹੀ ਹੈ ਠੀਕ ਹੈ ਤੇ ਖੰਗਰ ਜਿਹੜਾ ਉਸ 9000 ਦੇਣੇ ਤਾਂ ਉੱਪਰ ਦੋ ਮੈਂ ਨਾ ਦੋ ਮਸਾਂ ਦੇਨੇ ਆ ਸਾਡੇ 8000 ਦੇ ਸਾਡੇ ਮਤਲਬ ਫਰਕ ਹੈ ਰੇਟਾਂ ਚ ਫਰਕ ਹੈ ਫਰਕ ਹੈ ਰੇਟਾਂ ਚ ਇਹ ਜਿਹੜਾ ਕੋਲਾ ਹੈ ਅੱਜ ਕੱਲ ਇਹ ਤੁਸਾਂ ਦਾ ਕਿਹੜੇ ਮਸਲਨ ਲਾਕੇ ਕੋਟੇਜ ਨੂੰ ਕੁਝ ਸੋਚਣਾ ਹੈ ਇਹ ਮਿਕਸ ਨੇ ਆ ਸਾ ਜੀ ਪੰਜਾਬ ਨਾ ਵੀ ਅੰਨੇ ਆ ਤਾਂ ਜੇ ਜ਼ਰੂਰਤ ਪਿਆ ਤਾਂ ਫਿਰ ਕੋਟਾ ਨਹੀਂ ਅੰਨੇ ਆ ਵੈਸੇ ਜਿਹੜਾ ਨਾ ਪੰਜਾਬ ਸੂਈ ਚੰਗੇ ਕੋਲੇ ਲੱਭੀ ਜਾਣੇ ਠੀਕ 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 ਆ ਜਨਾਬ ਰਕਸ਼ਾ ਕੱਚੀ ਇਟਨਾ ਲੋਡ ਹੋਇਆ ਵਾ ਉਹ ਜਾਈ ਰਿਹਾ ਅੰਦਰ ਇਹ ਪ੍ਰਾਈਵੇਟ ਹੈ ਨਾ ਉਹ ਸ਼ਰਾਬ ਸਾਹਿਬ ਇਹ ਜਿਹੜਾ ਲੈਫਟ ਹੈਂਡ ਪਰ ਇਹ ਨਜ਼ਰ ਅਸ਼ਨਾ ਪਈ ਸਟਾਕ ਜਾਂ ਇਹ ਮਸਾਂ ਇੱਥੇ ਪਿਆ ਰਹਿਣਾ ਕਿ ਮਸਾਂ ਇਸਨੇ ਕੋਈ ਥੋੜਾ ਸਮਝਾਓ ਅਸਾਂ ਕਿ ਇਹ ਇਹ ਜਨਾਬ ਜਿਹੜਾ ਗਿਆ ਸਾਵਣਾਂ ਦੇ ਮਹੀਨਾ ਸ਼ਰਾਣਾ ਪਾਦਰੋਣਾ ਸਹੀ ਹੈ ਤਾਂ ਉਲਾ ਪੱਠੇ ਅਮੂਮਨ ਬੰਦ ਹੋਈ ਜਾਣੇ ਸਹੀ ਹੈ ਤਾਂ ਫਿਰ ਕੋਈ ਸਟਾਕ ਹੋਣਾ ਨਾ ਜਿਹੜਾ ਕਚੀ ਟੇਣਾ ਤਾਂ ਫਿਰ ਤੁਹਾਡਾ ਸਰਕਟ ਚੱਲਣਾ ਰਹਿਣਾ ਪੱਠਾ ਚੱਲਣਾ ਰਹਿਣਾ ਬੰਦ ਨਹੀਂ ਹੋਣਾ ਸਹੀ ਹੈ ਇਸ ਟੇਣਾ ਮੈਂ ਕਲੋਜ਼ ਕਰ ਦਸਾਂ ਦੱਸਣਾ ਭਾਈ ਤੁਹ ਸਭ ਤੋਂ ਕੋ ਕਿੰਨੀ ਸਫਾਈ ਸੁਥਰਾਈ ਨਾਲ ਔਰ ਕਿੰਨੀ ਇਸਨੀ ਮੈਚਿੰਗ ਹੈ ਤੇ ਇਹ ਵਿੱਚ ਆਪਣੇ ਸ਼ਰਾਦ ਸਾਹਿਬ ਇਹ ਐਚ ਜਿਹੜਾ ਇਹ ਤੁਸਾਂ ਲਿਖਿਆ ਵਾ ਪ੍ਰਿੰਟ ਕੀਤਾ ਵਿੱਚ ਇਸ ਦਾ ਕੀ ਮਤਲਬ ਹੈ ਇਹ ਅਰਫਾਨ ਪੁੱਤਰ ਹੈ ਉਸ ਦਾ ਨਾਮ ਆਦਮ ਹੈ ਠੀਕ ਹੈ ਠੀਕ ਹੈ ਸਾਰੇ ਬਜ਼ੁਰਗਾਂ ਦਾ ਨਾਮ ਐਦਰ ਖਾਨ ਹੈ ਤਾਂ ਫਿਰ ਇਹਨਾਂ ਨੇ ਐਚ ਤਾਂ ਦਿੱਤਾ ਵਾ ਅੱਛਾ ਇਹ ਐਦਰ ਤੇ ਆਦਮ ਜੀ ਜੀ ਮਾਸ਼ਾਅੱਲਾ ਮਾਸ਼ਾਅੱਲਾ ਜੀ ਇਹ ਜਨਾਬ ਤੁਸੀਂ ਕਿ ਵੀ ਅੱਜ ਪਤਾ ਲਈ ਗਿਆ ਕਿ ਇਹ ਐਚ ਦਾ ਮਤਲਬ ਕੀ ਆ ਜਿਹੜਾ ਇਹਨਾਂ ਇਹ ਆਦਮ ਨਾ ਆ ਰਾਜਾ ਇਰਫਾਨ ਦੇ ਬੇਟੇ ਨਾ ਤੇ ਅਦਰ ਖਾਨ ਇਹਨਾਂ ਨੇ ਵਾਲਦ ਸਾਹਿਬ ਨਾ ਹੁਣ ਆਪਣੇ ਸ਼ਰਾਹ ਸਾਹਿਬ ਆਸਾਂ ਕਿ ਜੋ ਲੋ ਜਿੱਦੂ ਕਿਰਾ ਕੋਈ ਤਾਜ਼ਾ ਕੋਈ ਕੰਮ ਹੋਣਾ ਵੇ ਉੱਥਾ ਦੱਸੋ ਜਿੱਦਾ ਕੋਈ ਬਣਾਣੇ ਜਾਂ ਬਾਣੇ ਜੀ ਅਸਲੀ ਲੇਬਰ ਰਾਤੀ ਕੰਮ ਕਰਨੀ ਹੈ ਰੋਜ਼ਾ ਰੱਖਣੀ ਹੈ ਅੱਛਾ ਜਿਸ ਨੇ ਵਜ੍ਹਾ ਸੋ ਲੇਬਰ ਨਹੀਂ ਹੁਣ ਛੁੱਟੀ ਹੈ ਅੱਛਾ ਤੇ ਜੁਲਨੇ ਆ ਇੱਕ ਦੋ ਬੰਦੇ ਲਗੇ ਵੇ ਤਾਂ ਉਹ ਵਿੱਚੋਂ ਕੀ ਦੱਸਨੇ ਆ ਕਿ ਕਿਸ ਤਰ੍ਹਾਂ ਗਾਰਾ ਬਣਾਣੇ ਕਿਸ ਰਾਈਟ ਕਰਾਣੇ ਤੇ ਬਾਕੀ ਸਾਰੇ ਕਹਿੰਦੇ ਰਾਤੀ ਕੰਮ ਕਰਨ ਨੂੰ ਰਾਤੀ ਕੰਮ ਕਰਨੇ ਲਾਈਟਾਂ ਲਾਈ ਦਿੱਤੀਆਂ ਇਹਨਾਂ ਸਾਰਿਆਂ ਕੀ ਸਾਰੇ ਰੋਜ਼ੇ ਰੱਖਣੇ ਸਾਰੇ ਬੱਚੇ ਤਾਂ ਨਾ ਰਖੜਿਆ ਹਸਨ ਨਹੀਂ ਬੱਚੇ ਕੋਲੇ ਰਖਨੇ ਨੇ ਵਿੱਚ ਵਿੱਚ ਫੈਮਲੀਆ ਕੋਲੇ ਰਖਨੇ ਨੇ ਹਾਂ ਠੀਕ ਹੈ ਤੇ ਪਠਾਣ ਜਿੰਨੇ ਵੀ ਹਨ ਉਹ ਤਾਂ ਸਾਰਿਆਂ ਤਕਰੀਬਨ ਰੋਜ਼ਾ ਆ ਪਠਾਣ ਜ਼ਿਆਦਾਤਰ ਉਹ ਪੱਕੇ ਹੀ ਹੋਣੇ ਰੋਜ਼ਾ ਜੀ ਹੋਰ ਸੁੱਤੇ ਹੋਏ ਸਾਰੇ ਤੇ ਰਾਤੀ ਫਿਰ ਦਿਗਰੇ ਲੈ ਤਕਰੀਬਨ ਉਹ ਸ਼ਾਮ ਸ਼ੁਰੂ ਕਰਦੇ ਚਲੋ ਅੱਗਾ ਜਿ ਲੋ ਫਿਰ ए नादरी ताजा तरीन जनाब इट जितने बनी भी है जिस जाए बाकी इतना लेबर सारी छुट्टी ने टाइम है इन्हना रमजान महीना ऐ बुजुर्ग जनाब तो सैड पर यह हूं इट जिसल संचे बिच बही तको हूं इन्होंने तरीका कार्याल ठीक हो खुश हो ना माशाला माशा अला खैर कर सला खैर करसी

ਸ਼ਿਰਾ ਸਾਹਿਬ ਇਹ ਤੁਸੀਂ ਨੇ ਸਾਹਮਣੇ ਜਿਹੜੀ ਇਹ ਗਾਰੇ ਦਾ ਸਟਾਕ ਬੰਦਾ ਵਾ ਤੇ ਪਾਣੀਆਂ ਛਾਣੀਆਂ ਦਾ ਕਾ ਇੰਤਜ਼ਾਮ ਹੈ ਕੋਈ ਦਰਿਆ ਜੁ ਆਣੇ ਹੋ ਕਾਸ ਨੇ ਭਰਾਨੇ ਹੋਏ ਪਾਣੀ ਇੱਥੇ ਆਪਣਾ ਬੋਰ ਕਰਾਇਆ ਵਾ ਅੱਛਾ ਜੀ ਤਾਂ ਸਾਹਮਣੇ ਟੈਂਕੀ ਬਣਾਈ ਵੀ ਹੈ ਅੱਛਾ ਇਹ ਪਾਰ ਸਾਹਮਣੇ ਜਿਹੜੀ ਇਹ ਸਫੈਦ ਨਜ਼ਰਿਸ਼ਨੀ ਵੀ ਇਹ ਟੈਂਕੀ ਹੈ ਜੀ ਇਹ ਟੈਂਕੀ ਹੈ ਨਾਲ ਹੀ ਬੋਰ ਕਰਾਇਆ ਆਇਆ ਕੋਈ ਇਸ ਨੇ 10 ਟੈਂਕਰ ਭੇਜ ਜਾਨੇ ਸ تقريبا 10 12 12 ਟੈਂਕਰ ਛਨੇ ਅੱਛਾ 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 ਇਹ ਆਪਣੀ ਭੋਗ ਰਾਇਦੇ ਫਾਇਦਾ ਮੈਂ ਇਹ ਸੋਚਦਾ ਸਮਾਂ ਸ਼ਾਇਦ ਕੋਈ ਪਾਣੀ ਟੈਂਕਰਾਂ ਪਰਤੇ ਨਹੀਂ ਆਣੇ ਬਈ ਨਹੀਂ ਨਹੀਂ ਉਹ ਫਿਰ ਤਾਂ ਮੈਂ ਮਹਿੰਗਾ ਚਾਲ ਉਸੇ ਸ਼ਿਰਾ ਸਾਹਿਬ ਇਹ तमाम ਰਹਿਸ਼ਾ ਇਨਾਂ ਨੇ ਆ ਜੀ ਜੀ ਅੱਛਾ ਇਹ ਇੱਥੇ ਕਿੰਨੀਆਂ ਫੈਮਲੀਆਂ ਤਕਰੀਬਨ ਰਹਿਣੀਆਂ ਇਹ ਤਕਰੀਬਨ ਇੱਥੇ 18 ਤੋਂ 19 ਘਰ ਰਹੇ ਨੇ 18 ਤੋਂ 19 ਘਰ ਆਜ਼ਰੀ ਨੇ ਇੱਥੇ ਇਹ ਇਨਾਂ ਨੇ ਪੱਠੇ ਵਾਲੇ ਜਿਹੜੇ ਵਰਕਰ ਏ ਇਨਾਂ ਨੇ ਇਹ ਜਿਹੜੀਆਂ ਰਹਿਸ਼ਾਨ ਅਸਲਾਮੁਅਲੈਕਮ ਭਾਈ ਜੀ

एक शुगल मेला किस रखी आखिरी अठा फुट है लाइट लाई सिने पर, पर। तुस के ना रब नवाज माशा तनाब ईटा बनाने रबन् शनाने का प्यो अच्छा 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 बहरा ਆ ਬਾਕੀ ਤਾਂ ਕੋਈ ਦੋ ਬੰਦੇ ਸੇ ਮੈਂ ਤੱਕੇ ਸੇ ਜਾਣੇ ਤਾਂ ਕੁਝੋਂ ਤਾਂ ਦੂਏ ਤਰੀਓ ਉਹਨਾਂ ਨਿੱਕੇ ਉਹਨਾਂ ਨੇ ਸਫਜ਼ਾ ਦੇ ਗਏ ਉਹ ਗੁੱਦ ਗੇ ਸ਼ਰਾਫ ਸਾਹਿਬ ਇਹ ਤੁਸਾਂ ਨੇ ਸਾਈਡ ਪਰ ਇਹ ਜਿਹੜੀ ਮਿੱਟੀ ਨੇ ਟੇਰ ਹੈ ਮਿੱਟੀ ਨੇ ਬਾਰੇ ਨਹੀਂ ਨੇ ਦੱਸਿਆ ਕਿਥੋਂ ਆਨੇ ਹੋਸਾ ਮਿੱਟੀ ਇਹ ਮਿੱਟੀ ਇਥਾ ਬੁੰ ਰਾਜੇ ਹੋਰਾਂਣੀ ਆਪਣੀ ਜਗਾਇਆ ਅੱਛਾ ਠੀਕ ਹੈ ਤਾਂ ਉਥੋਂ ਪੱਟੀ ਤੇ ਇਧਰ ਆਨੇ ਆ ਕੀਮਤੀ ਵੀ ਕੋਈ ਕਿੰਨੇ ਹੋਸੋ ਕੀਮਤੀ ਅਜਾ ਜੀਆਂ ਕੋਈ ਕਿੰਦੀ ਕੁ ਸਕੋਲ ਆ ਲੈ ਯਾਨੀ ਕਿ ਪਹਿਲਾ ਸਾਲ ਆ ਗੋ ਆਪਣੀ ਜ਼ਿੰਦਗੀ ਫੇ ਨੈਕਸਟ ਸੰਗ ਕੀ ਜ਼ਰੂਰਤ ਜ਼ਿਆਦਾ ਪੈਸੀ ਹੈ ਭਾਈ ਆ ਬੰਦੇ ਆ ਪੁੱਛਨੇ ਨਾਣੇ ਸਾਡੀ ਮਿੱਟੀ ਆਸਾ ਕੀ ਬਾੜੀਆਂ ਬਣਾਈ ਦਿਓ ਸਹੀ ਚਲੋ ਨਾਲਸਾ ਨਾ ਕੰਮ ਹੋ ਜਾਣਾ ਨਾਲ ਅਗਲੇ ਨਾਲ ਕੰਮ ਹੋ ਜਾਣਾ ਜੀ ਵਕਤ ਨਾਲੋ ਇਸਨੂੰ ਜ਼ਰੂਰਤ ਪਿਆ ਫਿਰ ਮੁੱਲੇ ਕਿੰਨੇ ਪੀਸੀ ਸਹੀ ਸਹੀ ਇਹ ਕਿਹੜੇ ਇਲਾਕੇ ਨਾਲ ਇਹ ਕੋਲਾਸਾਨੇ ਪੰਜਾਬ ਤੋਂ ਅੱਛਾ ਠੀਕ ਹੈ ਤਾਂ ਇਹ ਕੋਲੇ ਨਾਲ ਫਿਰ ਜਿਹੜਾ ਨਾ ਅਸਾਂ ਇਟਾ ਪਕਾਣੇ ਆ ਸਹੀ ਹੈ ਆ ਇਹ ਇਸਤੇਮਾਲ ਕਰਦੇ ਆ ਸੋ ਕੋਲਾ ਇਹ ਮਸਲ ਜਿਹੜਾ ਜਮੀਨ ਜਿਹੜਾ ਨਿਕਲਣਾ ਆਏ ਜਿਹੜੇ ਮੋਟੇ ਮੋਟੇ ਠੋਰੇ ਜੇ ਪੇਨ ਮਸੇ ਸਾਈਜ਼ ਵਿੱਚ ਆਉਣਾ ਆ ਕਿ ਬਰੀਕ ਕੀ ਆਪੂਸਾ ਕਰਨੇ ਵੇ ਬੇਚੇ ਜਿਹੜੇ ਬੇਚੇ ਤਾਂ ਖਾਲੀ ਬਾਣੇ ਵਾਸਤਾ ਹੋਸਣ ਆ ਜੀ ਜੀ ਇਹ ਬੰਦਾ ਲਈ ਤੇ ਫਿਰ ਅਸਾਂ ਇਹ ਥੋੜੇ ਜਿਹੇ ਮੋٹے ਜਿਹੜੇ ਹੋਣੇ ਨਾ ਤੇ ਭਲਾਈ ਸੁਣਨੇ ਆ ਸਹੀ ਹੈ ਜੀ ਤਾਂ ਵੈਸੇ तकरीबन ਮੋٹے ਉਸਨੇ ਜਿਛਣਾ ਬਰੀਕ ਵੀ ਐਸ਼ਣਾ ਅੱਛਾ ਅੱਛਾ ਜੀ ਤੇ ਅੱਜ ਕੱਲ ਇਹ ਕੋਈ ਦੱਸ ਹੀ ਸਕਣੇ ਹੋ ਅੱਜ ਕੱਲ ਕਿਤਨੇ ਨਾਸ਼ਨਾ ਟਰੱਕੇ ਇਹ ਟਨ ਅਸਾਂ ਕੀ ਲੱਭਣਾ 15000 ਰੁਪਏ ਨਾ 15000 ਤੋਂ ਘੈਰ ਸਹੀ ਇੱਕ ਟਨ ਜੜਾਇਆ ਸਹੀ ਹੈ ਇਹ ਨਾਜ਼ਰੀਆਂ ਨੇ ਮਹੀਨੇ ਨਹੀਂ ਵਜਾ ਸੁ ਕਾਫੀ ਮਹਿੰਗਾ ਹੋ ਗਿਆ ਪਹਿਲੇ ਅਸਾਂ ਕੀ 13000 ਰੁਪਏ ਨਾ 13.5000 ਰੁਪਏ ਨਾ ਲੱਭਣਾ ਸੀ ਮਤਲਬ ਇਹ ਨਵਾਂ ਪਾਕਿਸਤਾਨ ਪੁਰਾਣਾ ਪਾਕਿਸਤਾਨ ਇਸ ਨਾਲ ਕੋਈ ਨਹੀਂ 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 ਇਸ ਨਾਲ ਨਹੀਂ ਹੈ ਰੋਜ਼ੀਆਂ ਜਿਹੇ ਲੇਬਰਾ ਅਸਲੀ ਕੰਮ ਛੋੜੀ ਦੇਣੀਆਂ ਨੇ ਸੱਤ ਕੰਮ ਕਰਨੀਆਂ ਅੱਛਾ ਅੱਛਾ ਸੱਤ ਰੋਜ਼ੀਆਂ ਨਿਕਾਸੀ ਘਟ ਹੋਣੀ ਹੈ ਕੋਲੇ ਨਹੀਂ ਉਸ ਦੀ ਵਜ੍ਹਾ ਸੇ ਫਿਰ ਕੋਲਾ ਮਹਿੰਗਾ ਕਰੀ ਉਹਨੇ ਸਹੀ ਆ ਇਦੀਸ ਤੋਂ ਬਾਅਦ ਫਿਰ ਕੋਲਾ ਜਿਹੜਾ ਇਹਨਾਂ ਸਸਤਾ ਹੋ ਗਿਆ ਸੀ ਨਾਜ਼ਰੀਨ ਹੁਣ ਕਿੰਸਾ ਇਜਾਜ਼ਤ ਐਸੀ ਅਪਡੇਟ ਅੱਜ ਨੇ ਹਵਾਲੇ ਨਾਲ ਇਹ ਕਾਫੀ ਦਿਨਾਂ ਤੋਂ ਕਿਉਂਕਿ 8-9 ਮਹੀਨੇ ਹੋਈ ਕਿ ਇਸ ਭੱਠੇ ਕੀਤੇ ਚੱਲੇ ਆ ਵਾਂ ਕਾਫੀ ਟਾਈਮ ਤੋਂ ਮਸਲ ਇੱਕ ਦੋ ਵਾਰ ਆਰਾਦਾ ਕੀਤਾ ਲੇਕਿਨ ਕੁਝ ਇਸ ਤਰ੍ਹਾਂ ਦੀ ਸੁਰਤ ਹਾਲ ਬਣੀ ਹੈ ਕਿ ਨਾ ਅਸਾ ਬਣਾਈ ਸਕੇ ਆ ਵੀਡੀਓ ਤੇ ਇਹ ਇੱਕ ਤਾਂ ਇਟਨੇ ਲਿਹਾਜ਼ ਮੇ ਬੜਾ ਮਸ਼ਹੂਰ ਪਟਾਇਆ ਜਿਹੜਾ ਕਿ ਰਾਜਾ ਖਾਨ ਆਫ ਖੈਰੀ ਰਾਜਗਾਨ ਖਾਦਮਾਬਾਦ ਤੇ ਨਾਲ ਇਹਨਾਂ ਨੇ 파ਟਰਨਰ ਜਨਾਬ ਖਾਨ ਸਾਹਿਬ ਖਾਨ ਸ਼ਰਾਦ ਸਾਹਿਬ ਖਾਨ ਸਦਰ ਸਾਹਿਬ ਇਹ ਐਦਰ ਖਾਨ ਸਾਹਿਬ ਨੇ ਜਿਹੜੇ ਸਫਜ਼ਾਦੇ ਬੜੇ ਮਸ਼ਹੂਰ ਬੰਦੇ ਨੇ ਤੇ ਬਾਕੀ ਇਸ ਜਿਹੜਾ ਪੱਠਾ ਆ ਇਹ ਤਾਸੀ ਡਿਡਿਆਲ ਦੇ ਅੰਦਰ ਮੌਜੂਦ ਹੈ ਔਰ ਇਸਨੀ ਜਿਹੜੀ ਲੋਕੇਸ਼ਨ ਹੈ ਉਹ ਖਾਦਮਾ ਬਾਦ ਤੋਂ ਜਨਾਬ ਅਲੀ ਤਕਰੀਬਨ 2 ਕਿਲੋਮੀਟਰ ਜਿੱਥੇ ਪੀਰੂਲ ਹਕ ਮੇਲਾ ਲੱਗਣਾ ਹੋਣਾ ਇਹ ਪੀਰੂਲ ਹਕ ਦੇ ਦਰਬਾਰ ਨਾਲ ਆਇਆ ਤੇ ਇੱਥੇ ਜਿਹੜਾ ਮੇਲਾ ਲੱਗਣਾ ਬਿਲਕੁਲ ਇਸ ਜਗ੍ਹਾ ਪਰ ਇਹ ਪੱਠਾ ਆ ਤੇ ਇਹ ਸੀ ਅਪਡੇਟ ਤਾਂ ਉਮੀਦ ਹੈ ਕਿ ਅੱਜ ਦੀ ਵੀਡੀਓ ਤੁਹਾਨੂੰ ਕੀ ਪਸੰਦ ਆਈ ਸੀ ਵੀਡੀਓ ਪਸੰਦ ਆਇਆ ਤਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਪਰ ਸ਼ੇਅਰ ਜ਼ਰੂਰ ਕਰਸੋ ਔਰ ਸਾਡੇ ਚੈਨਲ ਕੀ ਸਬਸਕ੍ਰਾਈਬ ਵੀ ਜ਼ਰੂਰ ਕਰਸੋ जत गिनसा खान साहब कोई मजीद कुछ पैगाम देना चाहें कुछ आखना हो। बहुत शुक्रिया जी अस बे मशहूर हाँ आए हो सोल स कारोबार की लोगों को पहुंचाने मसलावेदार लस होने वाले